ਅਸਲਾਮ ਅਲੈਕੁਮ ਨਾਜ਼ਰੀਨ, ਸਾਡਾ ਦੇਸ਼ ਪੰਜਾਬ 1947। ਸਾਡੇ ਚੈਨਲ 'ਤੇ ਬਾਬਾ ਜੀ ਅਬਦੁਲ ਸਤਾਰ, ਜ਼ਿਲ੍ਹਾ ਪਟਿਆਲਾ, ਤਹਿਸੀਲ ਮੋਗਾ। 1947 ਦੇ ਵਿੱਚ ਹਿਜਰਤ ਕਰਕੇ ਆਏ ਆ ਇਹ ਹਿੰਦੁਸਤਾਨ ਦੇ ਵਿੱਚ। ਜਦੋਂ ਬਟਵਾਰਾ ਹੋਇਆ ਕੀ ਹਾਲਾਤ ਸੀਗੇ, ਕੀ ਹੋਇਆ ਇਹਨਾਂ ਦੇ ਨਾਲ, ਅਸੀਂ ਬਾਬਾ ਜੀ ਦੇ ਕੋਲ ਸਾਰੀ ਗੱਲ ਪੁੱਛਦੇ ਹਾਂ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਹਾਲ ਚਾਲ ਆ? ਸ਼ੁਕਰ ਅੱਲਾ ਦਾ ਜੀ। ਤਬੀਅਤ ਸੇ ਠੀਕ ਆ? ਮਾਸ਼ਾਅੱਲਾ ਠੀਕ ਆ, ਸ਼ੁਕਰ ਅੱਲਾ ਦਾ। ਕਿੰਨੀ ਉਮਰ ਹੋ ਗਈ ਮਾਸ਼ਾਅੱਲਾ ਆਪਣੀ? ਮੇਰੀ ਉਮਰ ਸਮਲਾ ਜੀ ਤੋਂ ਹੁਣ 67 ਤੇ ਵੀ ਕੀ ਜੰਗ ਲੱਗੀ ਸੀ ਨਾ? 67 ਚ ਵੀ ਲੱਗੀ, 71 ਚ ਵੀ ਲੱਗੀ। ਉਹ ਬਾਦ ਪਿਛਲੀ ਤੈਨੂੰ ਦੱਸਦਾ ਹਾਂ, ਜੋ ਜੁੜ ਕੇ ਆਏ ਆ। ਅੱਛਾ, ਉਹ ਪੁੱਛਦਾ ਜਾਨੂੰ ਕਿਹੜੇ ਦਿਨ ਸੀ? 47 ਦੀ, 47 ਦੀ। ਹਾਂ, ਤੇ ਹੁਣ ਕਿਹੜਾ ਸਨ ਜਾਂਦਾ ਵਾ? ਹੁਣ 2023। ਹਾਂ, 2023 ਹੁਣ ਸਮਝ ਲਾ ਤੂੰ, ਮੇਰੀ 80 ਸਾਲ ਨੂੰ ਉਮਰ ਚੱਲੇ ਹੋ ਚੱਲੀ, ਤੇ ਉੱਤੇ ਤਾਂ ਬਾਬਾ ਹੋ ਗਈ ਹੋਵੇ। ਅੱਛਾ ਅੱਛਾ, ਤੇ ਘੱਟ ਨਹੀਂ। ਅੱਛਾ, ਤੇ ਕੀ ਹਾਲਾਤ ਬਣੇ ਆ, ਕਿੱਦਾਂ ਕਿੱਦਾਂ ਆਏ ਆ, ਕੀ ਹੋਇਆ, ਕੀ ਜ਼ੁਲਮ ਹੋਏ ਉਹਨਾਂ ਨੇ ਕੀਤੇ ਆਪਣੇ ਨਾਲ? ਤੈਨੂੰ ਮੈਂ ਦੱਸਦਾ ਵਾ, ਟਿਕਾਣਾ ਸੁਣ ਲਈ ਹੁਣ ਗੱਲ। ਜਦੋਂ ਹਿੰਦੁਸਤਾਨ ਦਿੱਤੀ ਦਾ ਸੀ, ਉਦੋਂ ਅਸੀਂ ਸੀਗੇ 7 ਸਾਲਾਂ ਦਾ ਸੀ ਜਦੋਂ ਮੈਂ ਇੱਥੇ ਆ ਗਿਆ ਸੀ। ਅੱਛਾ ਅੱਛਾ, ਤੇ ਉਦੋਂ ਸਾਡਾ ਬਾਲਦ ਸਾਹਿਬ ਸੁੱਤੇ ਪਏ ਸੀਗੇ, ਨੂੰ ਸਾਡੀ ਦਾਦੀ ਆਖਣ ਲੱਗੀ ਆ। ਥੋੜ੍ਹਾ ਜਿਹਾ ਉੱਚੀ ਬੋਲੋ, ਦਾਦੀ ਨਾਜ਼ਰੀ ਨੂੰ ਸੁਣਦਾ ਰਹੂ। ਅੱਛਾ, ਦਾਦੀ ਆਖਣ ਲੱਗੀ ਸਾਡੀ, ਵੀ ਪੁੱਤ ਗਨੀ ਫਲਾਨਾ ਪਿੰਡ ਆਪਣਾ ਸਹਿਣਾ ਉਹ ਉੱਜੜ ਕੇ ਆ ਗਿਆ, ਤੇ ਤੂੰ ਉੱਠ ਕੇ ਧਾਰਾਂ ਚਲਾ ਮੰਝਾਂ ਦੀਆਂ। ਅੱਛਾ, ਹੈਂ, ਤੇ ਸਾਡਾ ਪਿਓ ਉੱਠ ਕੇ ਜੀ ਮੰਝਾਂ ਧਾਰਾਂ ਚੋਣ ਲੱਗ ਪਿਆ। ਹੈਂ, ਧਾਰਾਂ ਚੋਈਆਂ, ਖਾਧਾ ਪੀਤਾ। ਅੱਛਾ, ਉੱਜੜ ਕੇ ਜੀ ਅਸੀਂ। ਅੱਛਾ, ਉੱਜੜ ਕੇ ਅਸੀਂ, ਸਾਡੇ ਨਾਲ ਹੀ ਸੀ ਸ਼ਾਇਦ ਛੋਟਾ ਜਿਹਾ ਭਦੌੜ। ਅੱਛਾ, ਅਸੀਂ ਉੱਜੜ ਕੇ ਉੱਥੇ ਆ ਗਏ। ਹੈਂ, ਉੱਥੋਂ ਜਦੋਂ ਨਿਕਲੇ ਅਗਲੇ ਦਿਨ ਜੀ ਮੋਗਾ ਸੀਗਾ। ਅੱਛਾ, ਉੱਥੇ ਨਿਕਲ ਕੇ ਸਾਰੇ ਜੀ ਅਸੀਂ ਉੱਥੇ ਚਲੇ ਗਏ। ਅੱਛਾ ਜੀ, ਪਟਵਾਰੀ ਸੀਗਾ ਸਾਡੇ ਪਿਓ ਨੂੰ ਜਾਣਦਾ। ਹੈਂ, ਪਟਵਾਰੀ ਜਾਣਦਾ ਸੀ, ਆਖਣ ਲੱਗਾ ਗਨੀ ਕਿੱਧਰ ਨੂੰ ਚੱਲੇ ਹਾਂ? ਉਹ ਆਖਣ ਲੱਗਾ ਜੀ ਪਟਵਾਰੀ ਸਾਹਿਬ ਗੱਡੀ ਚੜ੍ਹਨ ਲੱਗੇ ਹਾਂ, ਗੱਡੀ ਟ੍ਰੇਨ ਹੁਣ ਟ੍ਰੇਨਾਂ ਦੇ ਹਿੰਦੁਸਤਾਨ ਗੱਡੀ ਆਉਂਦੇ ਸੀਗੇ, ਟ੍ਰੇਨ ਚੜ੍ਹਨ ਲੱਗੇ ਹਾਂ। ਹੈਂ, ਕਹਿੰਦਾ ਟ੍ਰੇਨ ਨਾ, ਕਹਿੰਦਾ ਚੜ੍ਹਿਓ। ਮੇਰਾ ਪਿਓ ਆਖਣ ਲੱਗਾ ਵੀ ਕੀ ਗੱਲ? ਕਹਿੰਦਾ ਰਾਤ ਦੇ 12 ਵਜੇ ਗੱਡੀ ਵੱਡੀ ਆਈ ਆ, ਲਹੂ ਲੈਣ ਨੂੰ ਚੜ੍ਹਦੀ, ਕਹਿੰਦੀ ਗੱਡੀ ਨਾਲ ਚੜ੍ਹਿਓ, ਅਤੇ ਜਿੰਦਰ ਨੂੰ ਸਰ ਹੁੰਦਾ ਨਾ ਤੁਰ ਜਾਓ, ਨਿਕਲ ਜਾਓ ਉੱਧਰ ਨੂੰ। ਚਲੋ, ਉੱਥੋਂ ਜੇ ਤਰੇੜ ਰਲ ਗਿਆ ਨਾਲ, ਚੌੜ ਰਲ ਗਿਆ ਨਾਲ, ਵਿਹੜੀ ਰਲ ਗਿਆ, ਜੇ ਦੱਸਦੇ ਹੁੰਦੇ ਕਾਫਲੇ 'ਚ 3 ਫਿਰ 4 ਮਰਬਿਆਂ ਦੇ ਵਿੱਚ ਹੋ ਗਏ। ਕਰਦੇ ਕਰਦੇ ਜੀ ਕਰਾਉਂਦੇ ਦਈ, ਜਿੱਥੇ ਸਿੱਖਾਂ ਦਾ ਪਿੰਡ ਆਉਣਾ ਉੱਥੇ ਘੇਰਾ ਪੈ ਜਾਣਾ, ਅਤੇ ਮੁਸਲਮਾਨ ਵੀ ਵਿੱਚ ਮਰਨੇ, ਅਤੇ ਵਿੱਚ ਸਿੱਖ ਵੀ ਮਰਨੇ, ਕਿਉਂ ਹੁਣ ਲੜਾਈ ਹੋਣੀ ਵੀ ਤਾਂ ਮਰਨੇ। ਹਾਂ, ਮਰਨੇ ਮਰਨੇ ਆ, ਉਹ ਜਿਹਨਾਂ ਦੀ ਵਧੀ ਹੁੰਦੀ ਸੀ, ਵੱਜ ਜਾਂਦੇ ਜਾਣੀ ਇਕੱਠੀ ਹੁੰਦੀ, ਲਈ ਦੇ ਦਈ ਦੇ ਕਰਦੇ ਕਰਾਉਂਦੇ, ਉਹ ਡਸ ਕੇ ਜਾ ਉੜੇ। ਅੱਛਾ, ਕਣਕ ਬਾਗ ਦੇ ਬੀਜਦੇ, ਜਿੱਤ ਬਾਗ ਦੇ ਬੀਜਦੇ, ਸਾਰੇ ਜੀ ਪਿੰਡ ਸਿੱਖਾਂ ਦੇ ਸੀ, ਉਹ ਨਾਲੀ ਵਾਲੇ ਪਾਸੇ ਨੂੰ ਚੜ੍ਹ ਗਏ, ਉਸਲੇ ਪਾਸੇ ਨੂੰ, ਉਸਦੇ ਕਰਦੇ ਕਰਦੇ ਉੱਥੇ ਡਸ ਕੇ ਜਾ ਵੜੇ। ਡਸ ਕੇ ਜੀ ਚਲੇ ਗਏ, ਕੋਈ 9-10 ਦਾ ਟਾਈਮ ਹੋਊਗਾ, ਡਸ ਕੇ ਸੀ ਡੋਗਰਾਂ ਦਾ, ਉਹ ਜਿੱਥੇ ਦਾ ਅਹਿਮ ਦੁਕਾਣਾ ਸੀਗਾ, ਨਾਲ ਰਿਹਾਊ ਪਿੰਡ ਸੀਗਾ, ਹਾਂ ਉਹ ਵੀ ਸਿੱਖਾਂ ਦਾ ਹੀ ਸੀਗਾ, ਉੱਥੇ ਜਾ ਵੜੇ। ਅਤੇ ਡਸਕਾ ਬਣਨਾ ਦੇ ਵਿੱਚ, ਪਿੰਡ ਦੇ ਵਿੱਚ ਬਣਨਾ ਦੇ। ਅੱਛਾ ਜੀ, ਲੈ ਜੀ ਆਹ ਟਾਈਮ ਹੋ ਗਿਆ, ਉਹ ਕਰਦੇ ਕਰਾਉਂਦੇ ਆਖਣ ਲੱਗੇ ਚਲੋ ਬੜ ਜਾਣ ਦਿਓ ਪਿੰਡ ਦੇ ਵਿੱਚ। ਐਸ ਘਰ ਦੇ ਵਿੱਚ ਹੱਥੇ ਬੜੇ ਵੱਡੇ ਵੱਡੇ ਦੋ ਗੁਣਾਲ ਦੇ ਵਿਹਲੇ, 10 ਘਰ ਵੜ ਕੇ, ਉੱਥੇ 20 ਵੜ ਕੇ, ਸਾਰਾ ਗਾਫਲੇ ਦਾ ਗਾਫਲਾ ਜਿੱਦਾਂ ਸੀ ਨਾ ਸਮਾ ਗਿਆ ਜੀ, ਇੱਥੇ ਤੂੰ ਖਾਈ ਜਾਂਦਾ, ਇੱਥੇ ਤੂੰ ਪਕਾਈ ਜਾਂਦਾ। ਹਾਂ ਜੀ, ਆਪਦਾ ਟਾਈਮ ਪਾਸ ਕੀਤਾ, ਉਹ ਕੀਤਾ ਕਰਕੇ ਜੀ ਉੱਥੇ 10 ਰਹੇ, ਉੱਥੇ ਕੋਈ 15-20 ਦਿਨ ਜਦੋਂ ਰਹੇ, ਤਾਂ ਮੁਸਲਮਾਨ ਜਿਹੜੇ ਸੀਗੇ ਹੈਂ ਇਹ ਸਿੱਖਾਂ ਦੀਆਂ ਪੈਲੀਆਂ ਪੱਟਣ ਖੋਲ੍ਹਣ ਲੱਗ ਪਏ, ਕਿਸੇ ਛੱਲੀਆਂ ਤੋੜ ਲਿਆਉਣੀਆਂ, ਕਿਸੇ ਨੇ ਕਿਸੇ ਨੇ ਮੱਕੀ ਵੀ ਪੱਟ ਲਿਆਉਣੀ, ਕਿਸੇ ਨੇ ਭੁੱਖੇ ਮਾਰਦੇ, ਕਿਸੇ ਨੇ ਮਿਰਚਾਂ ਤੋੜ ਲਿਆਉਣੀਆਂ, ਕਰਦਿਆਂ ਕਿਸੇ ਨੇ ਗਾਂ ਕਰ ਲੈਣੀ, ਕਿਸੇ ਨੇ ਬੱਛਾ ਕਰ ਲੈਣਾ ਉੱਥੇ ਕਰਕੇ। ਅਤੇ ਜੀ ਉਹਨਾਂ ਨੇ ਆਖਿਆ ਵੀ ਇਹ ਤਾਂ ਬਹੁਤ ਸਾਨੂੰ ਦੁੱਖ ਦੇਣ ਲੱਗ ਪਏ ਆ, ਇਹ ਤਾਂ ਇੱਥੇ ਹੀ ਪਾਕਿਸਤਾਨ ਬਣਾ ਕੇ ਬਹਿ ਗਏ ਮੁਸਲਮਾਨ। ਲੈ ਜੀ ਕਰਦੇ ਉਹਨਾਂ ਨੇ ਫਿਰ ਪਟਿਆਲੇ ਵਾਲੇ ਨੂੰ ਨਾ ਫਿਰ ਤਾਰਾਂ ਭੇਜੀਆਂ। ਅੱਛਾ, ਆਪਾਂ ਤਾਰਾਂ ਆਉਂਦੇ ਸੀ ਹਿੰਦੁਸਤਾਨ ਦੇ ਵਿੱਚ, ਇੱਧਰ ਚਿੱਠੀ ਆਉਂਦੇ ਸੀਗੇ ਹੈਂ ਡਾਕ। ਲੈ ਜੀ ਉੱਥੋਂ ਫਿਰ 14 ਮੋਟਰਾਂ ਭਰ ਕੇ ਆ ਗਈਆਂ ਮਿਲਟਰੀ ਦੀਆਂ,
14 ਮੋਟਰਾਂ ਭਰ ਕੇ ਮੈਨੂੰ ਮਿਲਟਰੀ ਦੀਆਂ ਆ ਗਈਆਂ ਨਾ, ਆ ਕੇ ਖੜੋ ਗਈਆਂ। ਜੋ ਫਿਰ ਸੋਟੀ ਸੀ, ਜੋ ਡਾਂਗ ਸੀ, ਜੋ ਕੁਹਾੜੀ ਸੀ, ਜੋ ਪਿਸਤੌਲ ਸੀ, ਜੋ ਰਫੀ ਸੀ, ਸਭ ਖਿੱਚ ਲਈ। ਅੱਛਾ, ਉਹ ਲੈ ਗਏ, ਉਹ ਲੈ ਗਏ ਭਰ ਕੇ ਲੈ ਗਏ। ਵੀ ਹੁਣ ਇਹਨਾਂ ਕੋਲ ਕੋਈ ਸ਼ਾਇਦ ਨਹੀਂ, ਹੁਣ ਸਾਨੂੰ ਡਰ ਨਹੀਂ ਰਿਹਾ, ਡਰ ਨਹੀਂ ਰਿਹਾ। ਲੈ ਜੀ, ਉਸੋ ਕਰਕੇ ਲੈ ਗਏ। 25-27 ਦਿਨ ਫੇਰ ਆ ਗਏ, ਲੈ ਜੀ ਰਸਕਾ ਵਿਹਲਾ ਹੋ ਜਾਏ। ਅੱਛਾ, ਡਸਕਾ ਵਿਹਲਾ ਕਰਤਾ, ਕਰਕੇ ਜਾ ਆਪਣੇ ਕਬਰਾਂ ਵਾਲੇ ਪਾਸੇ, ਉੱਧਰ ਕੰਪ ਲਾ ਤਾ, ਕੰਪ ਲਾ ਤਾ ਜੀ। ਲਗਭਗ 83 ਹੋਣ, ਜੋ ਕਿਸੇ ਕੋਲ ਸੋਨਾ ਸੀ, ਜੋ ਪੈਸਾ ਸੀ, ਜੋ ਵੀ ਚੀਜ਼ ਸੀ, ਸਭ ਜੀ ਫਿਰ ਖਿੱਚੀ ਉੱਥੇ ਲੈ ਗਏ, ਲੈ ਲਏ ਜੀ ਉੱਥੇ। ਹੈਂ, ਅਤੇ ਬੁੜੀਆਂ ਨੂੰ ਤੈਨੂੰ ਪਤਾ ਆਦਤ ਹੁੰਦੀ ਆ, ਇੱਥੇ ਲੁਕੋ ਲਿਆ, ਇੱਥੇ ਲੁਕੋ ਲਿਆ। ਮੇਰਾ ਪਿਓ ਆਖਣ ਲੱਗਾ, ਇਹ ਕੰਮ ਨਹੀਂ ਕਰਨਾ, ਉਹ ਵੇਲਾ ਤੱਬੂ ਕੱਢੇ ਖੜ੍ਹੇ ਆ, ਬੇਇੱਜ਼ਤੀ ਕਰਦੇ ਬੁੜੀਆਂ ਦੀ। ਹੈਂ, ਅਤੇ ਤੁਸੀਂ ਨਾ ਹੀ ਕੰਮ ਕਰਿਆ ਲੁਕੋਇਓ, ਅਤੇ ਆਪਾਂ ਜੋ ਘਰ ਛੱਡੇ ਆਏ ਹਾਂ, ਸਾਰਾ ਕੁਛ ਛੱਡੇ ਆਏ, ਮਾਲ ਪੁਸ ਛੱਡੇ ਆਏ ਹਾਂ, ਅਤੇ ਆਪਾਂ ਇਹ ਕੰਮ ਨਾ ਕਰਿਆ। ਲੈ ਜੀ, 14 ਦਿਨ ਸਾਡੀ ਜਾ ਕੇ ਫਿਰ ਤਲਾਸ਼ੀ ਹੋਣ ਲੱਗੀ, ਜੋ ਸਾਰਾ ਗਾਫਲਾ ਭੁਗਤ ਗਿਆ ਨਾ, ਅਤੇ 14 ਦਿਨ ਜਾ ਕੇ ਸਾਡੇ ਤਲਾਸ਼ੀ ਹੋਣ ਲੱਗੇ। ਅੱਛਾ, ਹਾਂ ਬਈ, ਤਰਪਾਲ ਵਿਛੀ ਹੋਈ ਉੱਥੇ, ਵਿਛਾ ਕੇ ਅਤੇ ਬੈਠੇ, ਅਤੇ ਆ ਚਾਰ ਸਵੇਰੇ ਗਾਫਲਾ ਪਿਆ ਬੈਠਾ, ਅਤੇ ਆ ਥਾਣੇਦਾਰ ਸਿਪਾਹੀ ਖੜ੍ਹੇ, ਹਾਂ ਵੀ ਮੀਆਂ ਤੂੰ ਵੀ ਕੱਢ ਕੁਛ। ਮੇਰੇ ਪਿਓ ਨੇ ਜੀ, ਤੈਨੂੰ ਪਤਾ ਬਾਰਿਸ਼ਾਂ ਦੇ ਮਾਰੇ ਹੋਏ ਭੁੱਖ ਦੁੱਖੇ ਦੇ, ਮੇਰੇ ਪਿਓ ਨੇ ਆਇਓ ਡੱਬ ਖੋਲ੍ਹੀ, ਉੱਥੇ ਸੇਬਾ ਵਲਿਆ ਹੋਇਆ ਸੀਗਾ, ਜੋ ਕੱਢੇ ਉਹ ਕੱਢ ਕੇ ਜੀ ਰੱਖਤੇ ਇੱਥੇ, ਜੋ ਹਵਾ ਲੱਗੀ ਦਾ ਉਹਨਾਂ ਨੂੰ, ਉਹ ਫਿਰ ਤੈਨੂੰ ਪਤਾ ਫੁੱਲਣੇ ਸੀ ਕੁਕੜੀ ਦੇ ਖੰਭਾਂ ਵਾਂਗੂ। ਅਤੇ ਮੈਂ ਇੱਥੋਂ ਵੱਡਾ ਖੜ ਗਿਆ, ਵੇ ਬਾਈ ਕਿੱਡੀ ਢੇਰੀ ਲੱਗ ਗਈ। ਥਾਣੇਦਾਰਾਂ ਸਿਰ ਫੜ ਕੇ ਕਹਿੰਦਾ, ਕਾਕਾ ਤੁਹਾਨੂੰ ਪਾਕਿਸਤਾਨ ਜਾ ਕੇ ਮਿਲਣਗੇ। ਹਾਂ ਵੇ, ਹੋਰ ਕੀ ਕਹਿੰਦੇ, ਜਿਹੜਾ ਸੋਨਾ ਤੁਹਾਡੇ ਕੋਲ ਖੋਇਆ ਤੁਹਾਨੂੰ ਪਾਕਿਸਤਾਨ ਦੇਵਾਂਗੇ? ਹਾਂ, ਮੈਂ ਤੈਨੂੰ ਦੱਸਦਾ ਨਾ, ਉਹ ਵੀ ਜਦੋਂ, ਹਾਂ ਵੇ, ਉਹ ਮੇਰੇ ਪਿਓ ਨੇ ਦੂਜੀ ਡੱਬ ਖੋਲ੍ਹੀ, ਸੇਵਾ ਖੋਲ੍ਹਿਆ, ਉਹ ਵੀ ਰੱਖਤੇ। ਫਿਰ ਮੈਂ ਇੱਥੇ ਵੱਡਾ ਬੋਲਿਆ, ਮੈਥੋਂ ਆਖਣ ਲੱਗਾ, ਬਾਈ ਕਿੱਡੀ ਢੇਰੀ ਲੱਗ ਗਈ। ਥਾਣੇਦਾਰ ਸਿਰ ਪੜ ਕੇ ਕਹਿੰਦੇ, ਕਾਕਾ ਤੁਹਾਨੂੰ ਪਾਕਿਸਤਾਨ ਚੜ ਕੇ ਮਿਲਣਗੇ। ਮੇਰਾ ਪਿਓ ਆਖਣ ਲੱਗਾ, ਜੀ ਸਾਡੀ ਜਾਨ ਬਚ ਜਾਏ ਅਤੇ ਅਸੀਂ ਜ਼ਿੰਦਗੀ ਲਈ ਤਾਂ ਆਪੇ ਕਰਕੇ ਖਾ ਲਵਾਂਗੇ, ਅਸੀਂ ਖਾ ਲਵਾਂਗੇ, ਖਾ ਲਵਾਂਗੇ। ਲਓ ਜੀ, ਹਾਂ ਵੀ ਜੇਵਰ, ਜੇਵਰ ਕੱਢਿਆ ਜੀ, 14 ਸੀ ਸਾਡੇ ਚਾ ਪਿਓ ਹੋਣੀ ਚਾਚੇ ਤਾਂ 4 ਸੀਗੇ, 14 ਟੱਬਰਾਂ ਦਾ ਸੀਗਾ, ਜਵਾਨ ਚੱਕ ਕੇ ਢੇਰੀ ਲਾ ਦਿੱਤੀ। ਕਤਲੋ ਗਾਰਤ ਕਿੱਥੇ ਹੋਈ? ਉਹ ਵੀ ਤੈਨੂੰ ਦੱਸੂਗਾ, ਉਹ ਵੀ ਦੱਸੂਗਾ, ਉਹ ਹੋਏਗਾ ਕਦਰਗਾ, ਫਿਰ ਤੈਨੂੰ ਦੱਸਦਾ। ਇਹ ਜਿਹੜੀ ਪਿੱਛੋਂ ਜਦ ਤੁਰੇ ਆਏ ਨਾ, ਉਦੋਂ ਇਹ ਕੰਮ ਜਿਹਾ ਦੱਸ ਕੇ ਆ ਕੇ ਬੈਠਿਆ ਨਾ, ਇਹ ਤੈਨੂੰ ਉਹ ਗੱਲ ਸੁਣਾਉਣਾ ਵਾ, ਕਦਰਗਾਹ ਦੀ ਤੈਨੂੰ ਮੈਂ ਸੁਣਾ ਦੂੰ। ਉੱਥੋਂ ਨਿਕਲਦੇ ਫਿਰ ਜਦੋਂ ਦੱਸ ਕੇ ਨਿਕਲਦੇ ਆ ਨਾ, ਇਹ ਪਹਿਲਾਂ ਆਹ ਸਟੋਰੀ ਸੁਣਨਾ, ਫਿਰ ਉਹ ਸੁਣ ਲਈ। ਲੈ ਜੀ, ਉਹ ਜੇਵਰ ਰੱਖਤਾ ਥਾਣੇਦਾਰ, ਚੱਕ ਕੇ ਕਹਿੰਦਾ ਨਾ, ਜਦੋਂ ਹੱਥੇ ਐਂ ਰੱਖੀਆਂ, ਮੈਂ ਕੋਲੇ ਬੈਠਾ ਵਾਂ, ਕਹਿੰਦਾ ਜੀ, ਮੇਰੇ ਪਿਓ ਨੂੰ ਆਖਣ ਲੱਗਾ, ਮੀਆਂ ਜੀ ਕਿਹੜੇ ਪਿੰਡ ਦੇ ਆ? ਅੱਛਾ, ਮੇਰਾ ਪਿਓ ਨਾਲ ਤਾਂ ਰੋ ਪਿਆ, ਗੱਲ ਨਹੀਂ ਹੁੰਦੀ ਸਾਡੇ ਕੋਲੋਂ ਜਦੋਂ ਟਾਈਮ, ਅਤੇ ਕਹਿੰਦਾ ਜੀ ਕਿਸੇ ਪਿੰਡ ਦੇ ਵੀ ਨਹੀਂ ਹੁਣ, ਕਿਸੇ ਪਿੰਡ ਦੇ ਵੀ ਨਹੀਂ ਗਏ। ਸਹੀ ਗੱਲ ਆ, ਕਹਿੰਦਾ ਨਹੀਂ ਫਿਰ ਵੀ, ਮੇਰਾ ਪਿਓ ਕਹਿੰਦਾ ਸੀ, ਸਿਆਣੇ ਭਦੌੜ ਕੋਲ ਬਾਜੂ ਕੀ ਤਲਵੰਡੀ ਸੀ, ਜ਼ਿਲ੍ਹੇ ਰਿਆਸਤ ਪਟਿਆਲੇ ਦੇ, ਬਾਜੂ ਕੀ ਮੱਝੂ ਕੀ ਤਲਵੰਡੀ, ਮੱਝੂ ਕੀ ਤਲਵੰਡੀ, ਹਾਂ। ਉਹ ਤਾਂ ਹੁਣ ਮੋਬਾਈਲਾਂ ਦੇ ਵਿੱਚ ਆਮ ਛੋਟੀਆਂ ਭਰੀਆਂ ਹੋਈਆਂ, ਅਤੇ ਢਿੱਲੋ ਮੈਂ ਢਿੱਲੋ ਤਾਂ ਹੁਣ ਆਮ ਹੀ ਛੋਟੀ ਜੋੜੀ ਹੋਈ ਆ। ਹਾਂ, ਕਹਿੰਦਾ ਜੱਟ ਕੇ ਪਿੰਡਾਂ ਦੇ ਬਣੀਆਂ, ਬਾਈ ਕਹਿੰਦਾ ਜੀ ਕਿਸੇ ਪਿੰਡ ਦੀਆਂ ਨਹੀਂ ਬਣੀਆਂ, ਕਿਸੇ ਪਿੰਡ ਦੀਆਂ ਨਹੀਂ ਬਣੀਆਂ। ਲਓ ਜੀ, ਥਾਣੇਦਾਰ ਨੇ ਚੱਕੇ ਜਾ ਕੇ 30 ਰੁਪਈਏ ਫੜਾ ਦਿੱਤੇ। ਅੱਛਾ, ਮੇਰੇ ਪਿਓ ਨੂੰ, ਮੇਰਾ ਪਿਓ ਆਖਣ ਲੱਗਾ ਵੀ ਜਿੱਥੇ ਇੰਨਾ ਧਨ ਚਲਾ ਗਿਆ, ਇਹ 30 ਨੂੰ ਆਹ ਮਗਰ ਕਿੰਨੇ ਜੀ ਬੈਠੇ ਬੱਗ, ਇਹ 30 ਨੂੰ ਮੈਂ ਕਰਨਾ? ਉਹਨੇ 30 ਚੱਕ ਕੇ ਹੋਰ ਫੜਾ ਦਿੱਤੇ। ਉੱਥੇ ਕੋਈ ਜ਼ੋਰ ਸੀ, ਸਹੀ ਗੱਲ, ਉਹ ਮੇਰੇ ਪਿਓ ਨੇ ਫੜ ਲਏ, ਫੜ ਕੇ ਤੇ ਜੀ ਕਰ ਲਏ ਕਾਬੂ। ਹਾਂ ਵੀ ਹੁਣ ਚੱਲੋ, 14 ਮੋਟਰਾਂ ਕੁਆਰੀਆਂ ਕੁੜੀਆਂ ਦੀਆਂ ਭਰ ਲਈਆਂ,
14 ਮੋਟਰਾਂ ਕੁਆਰੀਆਂ ਕੁੜੀਆਂ ਦੀਆਂ ਭਰ ਲਈਆਂ। ਹੁਣ ਇੱਥੋਂ ਗਾਫਲਾ ਉੱਠ ਕੇ 65 ਕੋਲੇ ਚਲਾ ਗਿਆ, ਉਹਨਾਂ ਨੂੰ ਕੀ ਪਤਾ ਵੀ ਕੀ ਮਗਰ ਬਣਦਾ ਅਤੇ ਕੀ ਹੁੰਦਾ ਵਾ। ਹੈਂ ਉਹ ਆਖਣ ਲੱਗਾ ਸਿਆਣੇ ਬੰਦੇ ਵੀ ਸਾਡੇ ਜਿਉਂਦਿਆਂ ਤੋਂ ਨਹੀਂ ਸਿੱਗਾਂ ਜਾਂਦੀਆਂ, ਸਾਨੂੰ ਮਾਰ ਕੇ ਲੈ ਜਾਓ ਅਤੇ ਚੱਕ ਦੀ ਲੈ ਜਾਓ, ਸਾਨੂੰ ਕੀ ਪਤਾ ਕੀ ਬਣਦਾ ਕੀ ਨਹੀਂ ਬਣਦਾ, ਮਰ ਗਏ ਅਸੀਂ ਵੇਖਣਾ। ਹੁਣ ਤੁਰਦੇ ਨੀ ਗੇ, ਬਾਬਕੇ ਮਾਰਦੇ ਸੀ ਤੁਰਦੇ ਨੀ। ਉਹ ਆਖਣ ਲੱਗੇ ਜੀ ਸਾਥੋਂ ਨੀ ਜਿਉਂਦੇ ਤਰੀਕਾਂ ਜਾਂਦੀਆਂ, ਮਾਰ ਕੇ ਸਾਥੋਂ ਫੇਰ ਲੈ ਜਾਓ। ਹਾਂ ਮੁਸਲਮਾਨਾਂ ਨੇ ਕਿਹਾ ਵੀ ਮਾਰ ਕੇ ਲੈ ਜਾਓ, ਜਿਉਂਦੇ ਜਿੰਦੀਆਂ ਜਾਂਦੀਆਂ ਹੈ ਲੈ ਜਾਓ। ਜਿਹੜੇ ਜਿਹੜੀਆਂ ਫੜੀਆਂ ਸੀ ਨਾ ਕੁੜੀਆਂ, ਉਹਨਾਂ ਨੂੰ ਮੋੜਤੀਆਂ ਵਾਪਸ। ਹਾਂ ਸਾਰੀਆਂ ਹੀ ਮੋੜਤੀਆਂ, ਮੋੜ ਕੇ ਤੇ ਆਖਣ ਲੱਗੇ ਹੁਣ ਤਾਂ ਤੁਰੋਂਗੇ ਨਾ। ਤੁਰ ਪਏ ਜੀ, ਉਹਨਾਂ ਨਾਲ ਲੈਂਦੇ ਪਾਸੇ ਨੂੰ ਕਰ ਲਏ ਅਤੇ ਦਿਨ ਵੀ ਨੇੜੇ ਹੋ ਗਿਆ। ਰਾਹ ਆਹਦਾ ਇੰਨਾ ਕੁ ਰਾਹ ਜੀ, ਉਹ ਸਾਨੂੰ ਵੀ ਪਤਾ ਕਿੱਧਰ ਲਈ ਜਾਂਦੇ ਹੁਣ ਕਾਫਲਾ ਲੈ ਜੀ। ਉਹਨਾਂ ਨੂੰ ਪਤਾ ਸੀ ਵੀ ਇਸ ਪਾਸੇ ਨੂੰ ਆਉਣਾ, ਕੁੜੀ ਜਾ ਮੋਹਰੇ ਖਨੀ ਉਹ ਨਹਿਰ ਪੱਟੀ ਸੀ ਖਨੀ, ਕੋਈ ਖਾਲਾ ਸੀ, ਮੈਂ ਤਾਂ ਹੁਣ ਛੋਟਾ ਸੀਗਾ, ਮੈਨੂੰ ਤਾਂ ਕੋਈ ਪਤਾ ਨਹੀਂ ਸੀ। ਲੈ ਜੀ ਉਹ ਜਿਹੜੇ ਸੀ ਤੁਹਾਡੇ ਵਰਗੇ ਗੱਭਰੂ, ਜਿਹੜੇ ਜਵਾਨ ਸੀ, ਜਵਾਨ ਕੁੜੀਆਂ ਸੀ ਬੁੜੀਆਂ ਸੀਗੀਆਂ, ਉਹ ਤਾਂ ਟੱਪ ਗਏ। ਹੁਣ ਜਿਹੜੇ ਮੇਰੇ ਵਰਗੇ ਬੁੱਢੇ ਖੋਲੇ ਸੀ, ਬੱਚੇ ਛੋਟੇ ਸੀ, ਉਹਨਾਂ ਕਿੱਧਰੋਂ ਜਾਣ, ਉਹ ਜੀ ਟਿੱਡ ਦੇ ਬਾਚਾਂ ਗੁੰਜ ਖਾਲਾ ਜਿਹਾ ਭਰ ਗਿਆ ਉਹ, ਚੱਲ ਪਿਆ ਫਿਰ ਗ੍ਰਨੇਡ ਅਤੇ ਬੰਬ ਅਤੇ ਹੋਰ ਕੋਈ ਕੋਈ ਕਤਲਗਾਹ ਹੋਣ ਲੱਗ ਪਈ, ਕਿਸੇ ਦੇ ਬਰਛਾ ਮਾਰਿਆ, ਕਿਸੇ ਤਲਵਾਰ ਮਾਰੀ, ਕਿਤੇ ਕੁਛ ਹੋ ਗਿਆ ਜੀ। ਫਿਰ ਉੱਥੇ ਤਬਾਹੀ, ਹਾਂ ਹਾਂ ਹਮਲਾ ਉੱਥੇ, ਫਿਰ ਵੇਖ ਲਾ ਤੂੰ ਕੀ ਆਖਦਾ ਵਾ, ਫਿਰ ਉੱਥੇ ਤਬਾਹੀ ਨਹੀਂ ਨਾ ਉਡੀ ਰਾਜ। ਲੈ ਜੀ ਬੱਚੇ ਜਿਹੜੇ ਸੀਗੇ ਛੋਟੇ ਛੋਟੇ, ਕੋਈ 18 ਸਾਲਾਂ ਦਾ, ਕੋਈ 17 ਸਾਲਾਂ ਦਾ, ਉਹ ਚਿੜੀਆਂ 'ਚ ਵੜ ਗਏ ਅਤੇ ਉਹ ਸਾਡੇ ਐਂ ਖਾਲਾ ਜਿਹਾ ਸੀਗਾ। ਰਾਤ ਨੂੰ ਜਿਹਦੀ ਝਾੜ ਬੂਟ ਜੀ ਪਿਆ ਖਾ ਆਖਣ ਸਿੱਖ ਗੱਲ ਕਰ, ਰਾਤ ਹਨੇਰੀ ਆ ਗਈ ਹੁਣ ਮੂਹਰੇ, ਜੇ ਹੁੰਦਾ ਨਾ ਦਿਨ ਤੇ ਫਿਰ ਮੁਸਲਿਆਂ ਨੂੰ ਵੱਢਣ ਦਾ ਬੜਾ ਸਵਾਦ ਆਉਣਾ ਸੀਗਾ, ਫਿਰ ਮੁਸਲਿਆਂ ਨੂੰ ਵੱਢਣ ਦਾ ਬੜਾ ਸਵਾਦ ਆਉਣਾ ਸੀ। ਗੱਲ ਕਰ ਰਾਤ ਹਨੇਰੀ ਆ ਗਈ ਮੂਹਰੇ, ਫਿਰ ਭਾਜੜ ਪੈ ਗਈ, ਫਿਰ ਜਿੱਧਰ ਨੂੰ ਮੂੰਹ ਸਿਰ ਹੋਇਆ ਉੱਧਰੋਂ ਨਿਕਲ ਗਿਆ, ਕੋਈ ਆਏ ਨੂੰ ਭੱਜ ਗਿਆ ਕੋਈ ਨਾ, ਉੱਥੇ ਜਿਹਦੀ ਵਧੀ ਸੀ ਨਾ ਉਹ ਨਿਕਲਿਆ, ਫਿਰ ਛੱਡਿਆ ਕੋਈ ਨਹੀਂ। ਫਿਰ ਉੱਥੇ ਅਤੇ ਕੁੜੀਆਂ ਐਂ ਪਈਆਂ, ਐਂ ਲੈਂਦੇ ਨੂੰ ਮੂੰਹ ਕੀਤੇ ਆ ਅਤੇ ਉਹਨਾਂ ਦੀਆਂ ਰੋਗਾਂ ਵੱਡੀਆਂ ਹੋਈਆਂ ਆਨਲਾਈਨ, ਅਤੇ ਉਹ ਐਂ ਪਈਆਂ ਵਿਚਾਰੀਆਂ ਜਿਵੇਂ ਸਿਰਦੀ ਪਈਆਂ ਹੁੰਦੀਆਂ। ਉਹ ਇੱਕ ਚੂੜਾ ਭੱਜਿਆ ਆਇਆ, ਉਹਨੇ ਐਂ ਕਰਕੇ ਨਾ ਜਾਂ ਚੱਕੀਆਂ, ਚੱਕ ਉਸ ਤੌੜਾਂ ਐਂ ਹੋ ਗਈਆਂ ਤਾਂ ਚੱਕੀਆਂ ਗਈਆਂ, ਤਲਵਾਰ ਮਾਰੀ ਤੌੜਾਂ ਵੱਡੀਆਂ ਹੋਈਆਂ। ਉਹ ਆਖਣ ਲੱਗਾ ਵੀ ਕਿਹਨੇ ਮਾਰਨੀਆਂ ਸੀ, ਕਿਉਂ ਮਾਰੀਆਂ ਕਿਸੇ ਨੇ, ਉੱਥੇ ਕੋਈ ਪੁੱਛਦਾ ਸੀ? ਲੈ ਜੀ ਇੱਕ ਮੈਂ, ਇੱਕ ਮੇਰੀ ਮਾਂ, ਇੱਕ ਮੇਰੀ ਭੈਣ, ਤਿੰਨੇ ਅਸੀਂ ਇਕੱਠੇ, ਮੇਰਾ ਪਿਓ ਅਤੇ ਮੈਂ ਇੱਥੋਂ ਵੱਡਾ, ਇੱਕ ਉਦੋਂ ਵੱਡਾ, ਇਹ ਤਿੰਨੇ ਜੀ ਅੱਗੇ ਪਿੱਛੇ ਹੋ ਗਏ। ਹਾਂ ਭੱਜੇ ਜਾਂਦੇ, ਮੇਰੇ ਪਿਓ ਦੀ ਬਗਰ ਝੱਗਾ ਫੜ ਲਿਆ ਵੱਡੇ ਨੇ, ਉਦੋਂ ਨਾਲ ਫਿਰ ਮੈਂ ਇੱਥੋਂ ਵੱਡੇ ਨੇ ਫੜ ਲਿਆ, ਮੇਰੇ ਪਿਓ ਨੇ ਬਾਹਾਂ ਫੜ ਲਈਆਂ ਅਤੇ ਆਪਦੇ ਅੱਲਾ ਬੇਲੀ, ਅਤੇ ਅਸੀਂ ਤਿੰਨੇ ਮਾਂ ਪੁੱਤ ਰਹਿ ਗਏ ਅਤੇ ਅਸੀਂ ਤੁਰੇ ਜਾਂਦੇ ਹਾਂ। ਅਤੇ ਮੇਰੀ ਮਾਂ ਨੇ ਉੱਥੋਂ ਚੱਕਿਆ ਖੇਸ ਦੋੜਾ ਵੱਡਾ ਸਾਰਾ, ਜਾ ਕੇ ਉੱਤੇ ਲੈ ਕੇ ਅਤੇ ਵਿੱਚ ਲੁਕੋ ਲਿਆ, ਮੈਨੂੰ ਵਿੱਚ ਲੁਕੋ ਲਿਆ। ਚੂੜਾ ਜੀ ਆਇਆ ਭੱਜਿਆ ਵਰਛਾ ਉਹਦੇ ਕੋਲ, 10 ਮਾਈ ਤੇਰੇ ਕੋਲ ਕੀ ਆ? ਕਹਿੰਦੀ ਜੀ ਕੁੜੀ ਆ, ਜਾ ਕੇ ਨਾ ਚਲੀ ਜਾ। ਅਤੇ ਫਿਰ ਕੁੜੀ ਅੱਲੀ ਨੂੰ ਹੋਇਆ, ਕਹਿੰਦੇ ਦੱਸ ਕੁੜੀ ਕਹਿੰਦੇ ਤੇਰੇ ਕੋਲ ਕੀ ਆ? ਉਹ ਕੁੜੀ ਨੇ ਚੱਕ ਜੀ ਐਡੀ ਕੁ ਫਟੋਖੜੀ ਜੀ ਨਾ ਚੱਕ ਕੇ, ਮੇਰੀ ਮਾਂ ਨੇ ਫਸਾ ਕੇ ਵੀ ਤੂੰ ਕੀ ਕਰਨੀ ਆ ਇਹ? ਉਹ ਜੀ ਜੋ ਚਲਾ ਕੇ ਕੁੜੀ ਨੇ ਮਾਰੀ ਨਾ, ਉਹ ਖੜਕੀ ਉਹਨੇ ਆਖਿਆ ਵੀ ਚੂੜੇ ਨੇ ਆਖਿਆ ਜੇਵਰ ਆ ਵਿੱਚ, ਚੂੜਾ ਚੱਕ ਜੀ ਉਹ ਆਪਦਾ ਲੱਭ ਰਿਹਾ, ਮੈਂ ਕੀ ਲੈਣਾ ਇਹਨਾਂ ਕੋਲ, ਹਾਂ ਸਾਡੇ ਜਾਨ ਛੁੱਟ ਗਈ। ਲੈ ਜੀ ਕੋਈ 250-300 ਬੁੜੀ ਹੋਊਗੀ ਜਿਹੜੀ, ਫਿਰ ਰਾਤ ਨੂੰ ਅਸੀਂ ਫਿਰਦੇ ਹਾਂ, ਨਾ ਕੋਈ ਰਾਹ ਦਾ ਪਤਾ ਨਾ ਕੋਈ ਖੜੇ ਦਾ ਪਤਾ। ਲੈ ਜੀ ਝਾੜੀਆਂ ਲੁੱਕ ਕੇ ਪੈ ਗਏ ਹੈਂ, ਅਤੇ ਐਂ ਚੜੀਆਂ ਬਾਜਰੇ ਜੀ
ਉਦੋਂ ਬਾਰਿਸ਼ਾਂ ਬੜੀਆਂ ਪਈਆਂ ਸੀਗੀਆਂ, ਬਾਰਿਸ਼ ਦੇ ਨਾਲ ਦੁਨੀਆਂ ਬਹੁਤ ਬਚੀ ਉਦੋਂ, ਬਚਤ ਕੀਤੀ। ਅਤੇ ਉਹ ਨਾ ਬੱਚਾ ਕੋਈ ਡਾਕੋ, ਸਾਨੂੰ ਕੀ ਪਤਾ ਸੀ ਜਿਹੜਾ ਬੱਚਾ ਹਾਲ ਪੈਦਾ ਕਰਦਾ, ਉਹ ਕਰਦਾ ਫਿਰ ਹਾਏ ਅੰਮੀ, ਹਾਏ ਬੇਬੇ, ਹਾਏ ਮਾਂ, ਅਤੇ ਪੈਰਾਂ 'ਚ ਉਹਦੇ ਪੌਂਠੇ ਪਾਏ ਹੋਏ, ਅਤੇ ਉਹ ਖੜਕਣ ਸਾਨੂੰ ਖੂਬ ਸੁਣਨ। ਹੈਂ, ਅਤੇ ਜਦੋਂ ਥੱਕ ਜੇ ਨਾ ਉਹ, ਉਦੋਂ ਪੁੱਛ ਕਰ ਚੁੱਪ ਕਰ ਜੇ। ਹੈਂ, ਅਤੇ ਜੇ ਬੁੜੀਆਂ ਆਖਣੇ ਕੁੜੇ ਕਿਤੇ ਪਾਣੀ ਪੀਏ, ਹੁਣ ਪਾਣੀ ਉੱਥੇ ਕਿੱਥੇ? ਹੈਂ, ਉਹ ਰਾਹ ਜਿਹਾ ਅਸੀਂ ਤੁਰੇ ਜਾਂਦੇ ਹਾਂ ਅਸੀਂ, ਅਤੇ ਉਹ ਮੂਹਰੇ ਛਾਪੜਾ ਆ ਗਿਆ, ਇਸ ਪਾਸੇ ਜੀ ਵਿੱਚ ਵੱਡੇ ਪਏ, ਇੱਧਰ ਭਰ ਕੇ ਬੁੱਕ ਪੀਤੀ ਜਾਂਦੇ ਹਾਂ, ਉਹੀ ਪਾਣੀ ਖੂਨ ਵਾਲੇ। ਹਾਂ ਹੈਂ, ਸਾਨੂੰ ਨਹੀਂ ਪਤਾ। ਲੈ ਜੀ ਫਿਰ ਗੋਲੀ ਆਈ, ਵੇਖ ਲਾ ਆ ਗਈ ਡਿੱਗੀ ਪਾਣੀ ਦੇ ਵਿੱਚ ਦੀ, ਅਤੇ ਇੰਨਾ ਪਾਣੀ ਬੁੜ ਗਿਆ ਤੁਹਾਨੂੰ ਉਹ। ਹੈਂ, ਲੈ ਜੀ ਸਵੇਰ ਨੂੰ ਫਿਰ ਦਿਨ ਚੜ੍ਹ ਗਿਆ, ਦਿਨ ਚੜ੍ਹ ਗਿਆ, ਅਤੇ ਸਿਪਾਹੀ ਫਿਰ ਅਗੇ ਲੁਟੇ ਨੇ, ਫਿਰ ਨੂੰ ਕੋਈ ਬੋਰੀ ਭਾਂਡੇ ਵਾਲੀ ਚੱਕੀ ਜਾਂਦਾ, ਕੋਈ ਬਿਸਰਾ ਚੱਕੀ ਜਾਂਦਾ, ਕੋਈ ਉੱਥੇ ਲਾਖਾਂ ਹੀ ਬਿਸਰਾ ਪਿਆ, ਲਾਖਾਂ ਹੀ ਉੱਥੇ। ਹੈਂ, ਲੈ ਜੀ ਉੱਥੇ ਜਦੋਂ ਦਿਨ ਚੜ੍ਹਿਆ, ਉਹ ਸਾਰੀਆਂ ਫਿਰ ਬੁੜੀਆਂ ਇਕੱਠੀਆਂ ਕਰ ਲਿਆ, ਖਾ ਅਤੇ ਬਾਬਾ ਚਲੋ ਉੱਥੇ ਚੱਲ ਕੇ ਬੈਠੋ। ਉੱਥੇ ਬਹਿ ਗਏ ਜੀ, ਸਾਰੀਆਂ ਇਕੱਠੀਆਂ ਹੋ ਗਈਆਂ, 250 ਬੁੜੀ ਇਕੱਠੀ ਹੋ ਗਈ, ਨਾ ਕੋਈ ਕੋਈ ਕਿਸੇ ਕੋਲ ਨਿਆਣਾ, ਨਾ ਸਿਆਣਾ, ਹਾਂ ਬੁੜੀਆਂ ਹੀ ਬੁੜੀਆਂ ਇਕੱਲੀਆਂ, ਇੱਕ ਸਿਰਫ ਵਿੱਚ ਮੈਂ ਹੀ ਛੋਟਾ ਬੱਚਾ, ਮੈਂ ਹੈਂ 17 ਸਾਲਾਂ ਦਾ, ਦੰਦ ਇੱਥੇ ਆ ਕੇ ਖੁੜੇ ਆ। ਲੈ ਜੀ ਉੱਥੇ ਜਦੋਂ ਆ ਕੇ ਬਹਿ ਗਏ, ਅਤੇ ਜੀ ਡਸਕਾ ਸਾਨੂੰ ਆਏ ਦਿਸੇ, ਜਿਵੇਂ ਆਪਣਾ ਆਹ ਟੈਂਡਰ ਆਹ ਇੱਦਾਂ ਦਿਸੇ, ਅਤੇ ਉੱਥੇ ਕੋਲੇ ਕੋਲੀ ਦੁਨੀਆਂ ਖਪਾ ਤੀ ਉੱਥੇ। ਲੈ ਜੀ ਉੱਥੇ ਆਖਣਾ ਜਾਓ ਤੁਹਾਨੂੰ ਡਸਕਾ ਝੱਲੂਗਾ, ਹੁਣ ਡਸਕੇ 'ਚ ਬੁੜੀਆਂ ਉੱਠੀਆਂ, ਉੱਠ ਕੇ ਤੇ ਜੀ ਡਸਕੇ ਆ ਗਏ। ਉਹ ਇੱਕ ਬੁੜੀ ਉਹ ਭਾਂਡਿਆਂ ਦੀ ਬੋਰੀ ਉੱਤੇ ਬੈਠੀ, ਉਹਨੇ ਜਾਂ ਬੋਰੀ ਚੱਕੀ, ਚੱਕ ਜਾ ਚੱਕਤੀ, ਚੱਕ ਵਿੱਚੋਂ ਗਲਾਸ ਭਾਂਡੇ ਡਿੱਗੇ ਜੀ ਹਜੇ ਵਿੱਚੋਂ, ਕੋਈ 2.5-3 ਸਿਰ ਉਦੋਂ ਦੁਆਨੀਆਂ ਚੁਆਨੀਆਂ ਠਿਆਨੀਆਂ ਹੁੰਦੀਆਂ ਸੀਗੀਆਂ ਪਿੱਤਲ ਦੀਆਂ, ਉਹ ਜੀ ਮੈਂ ਬਹਿ ਕੇ ਨਿਆਣਾ ਜੋ ਸੀਗਾ ਆ ਚੁੱਕਣ ਲੱਗ ਪਿਆ। ਉਹ ਸਿਪਾਹੀ ਆਖਣ ਲੱਗਾ, ਕਾਕਾ ਤੂੰ ਚੁੱਕ ਲਾ, ਇੱਕ ਸਭ ਦੀ ਟਿੱਕੀ ਨਿਕਲੀ ਏਡੀ, ਉਹ ਕਹਿੰਦਾ ਮੈਨੂੰ ਦੇ ਦੇ, ਉਹ ਉਹਨੇ ਚੱਕ ਲਈ, ਉਹ ਮੈਂ ਚੱਕ ਦੀ ਝੋਲੀ 'ਚ ਪਾ ਲਏ, ਮੇਰੀ ਮਾਂ ਫਿਰ ਆ ਕੇ ਪੁੱਤ ਛੱਡ ਦੇ, ਤੂੰ ਕੀ ਕਰਨੇ ਆ, ਆਪਾਂ ਖਰੀ ਬਚਣਾ ਕਿ ਨਹੀਂ ਬਚਣਾ? ਹੈਂ, ਮੈਂ ਆਖਿਆ ਮੈਂ ਨਹੀਂ ਸਿੱਟਣੇ, ਨਹੀਂ ਪੁੱਤ ਛੱਡ ਦੇ, ਉਹ ਜੀ ਕਰਦਾ ਕਰਾ ਉਹਦੇ ਮੈਂ ਝੋਲੀ ਪਾਏ, ਦੱਸ ਕੇ ਜਾ ਵੜੇ ਜੀ। ਦੱਸ ਕੇ ਜਾ ਕੇ ਉੱਥੇ ਜੀ ਦੇਗਾਂ ਚੜੀਆਂ ਹੋਈਆਂ ਬੱਕਲੀਆਂ ਦੀਆਂ ਛੋਲਿਆਂ ਦੀਆਂ, ਉਹ ਜੀ ਸਾਨੂੰ ਪੱਖਾ ਪੱਖਾ ਦੇ ਕੇ, ਅਤੇ ਐਂ ਪਰਾਂਡੇ ਜਿਹੇ ਬਣੇ ਹੋਏ ਸੀਗੇ, ਉੱਥੇ ਬਹਿ ਗਏ ਖਾ ਕੇ, ਅਤੇ ਕਿੱਥੋਂ ਰਗਾਂ ਦੇ ਵਿੱਚ ਲੰਘਣ, ਉਹ ਸਹੀ ਗੱਲ ਰਗਾਂ ਦੇ ਮਿਲੀਆਂ ਪਈਆਂ ਭੁੱਖ ਦੁੱਖੇ। ਲੈ ਜੀ ਜਦੋਂ ਉਹ ਦੇਣ, ਲੈ ਜੀ ਝੱਟ ਕੇ ਮਗਰੋਂ ਗੰਜ ਮਸ਼ੀਨ ਲਿਆ ਕੇ, ਫਿਰ ਭੀੜ ਸੀ ਕੋਠੇ ਦੇ ਉੱਤੇ, ਗੰਜ ਮਸ਼ੀਨ ਲੈ ਅਸੀਂ ਆਖਿਆ, ਹੁਣ ਜਿਨ੍ਹਾਂ ਦੇ ਸੀਗੇ ਬੰਦੇ ਬੁੜੀਆਂ ਸੀਗੀਆਂ, ਉਹ ਆਖਣ ਲੱਗੇ ਵੀ ਆਪਾਂ ਅੰਦਰ ਹੋ ਜਾਓ, ਉਹ ਅੰਦਰ ਵੜ ਗਏ ਬੈਠੇ ਰਹੇ ਉੱਥੇ। ਹੈਂ, ਢਾਈਆਂ ਮਹੀਨੇ ਪਿੱਛੇ ਫਿਰ ਆਖਣ ਲੱਗੇ ਵੀ ਦਸਕਾ ਵਿਹਲਾ ਹੋ ਜਾਏ, ਵਿਹਲਾ ਕਰਦਾ ਇਸ ਵੇਲੇ ਕਰਕੇ ਜੀ ਉੱਥੋਂ ਫਿਰ ਅਸੀਂ ਤੁਰ ਪਏ। ਡੋਗਰਾਂ ਦਾ ਮੁੰਡਾ ਸੀਗਾ ਇੱਕ, ਇੱਕ ਉਹਦੀ ਨੂੰਹ ਸੀ, ਇੱਕ ਉਹਦੀ ਧੀ ਸੀ, ਅਤੇ ਉਹਨਾਂ ਦੇ ਫਿਰ ਅਸੀਂ ਗੱਡੇ 'ਤੇ ਬਹਿ ਕੇ, ਅਤੇ ਫਿਰ ਅਸੀਂ ਹਰਿਆਊ ਦੇ ਵਿੱਚ ਦੀ, ਹੈਂ ਹਰਿਆਊ ਆ, ਫਿਰ ਸਿੱਖ ਸਾਨੂੰ ਪਾਣੀ ਪਿਆਉਣ, ਹੈਂ ਵੀ ਪਾਣੀ ਪੀ ਲਓ ਤੁਸੀਂ ਸਾਡੇ ਮੱਥੇ ਲੱਗਣਾ, ਨਾ ਅਸੀਂ ਤੁਹਾਡੇ ਮੱਥੇ ਲੱਗਣਾ ਵਾ, ਕੋਈ ਡਰਦਾ ਪਾਣੀ ਨਾ ਪੀਵੇ, ਵੀ ਜਹਿਰ ਪਾਈ ਹੋਊਗੀ। ਹੈਂ, ਲੈ ਜੀ ਉੱਥੋਂ ਕਰਦੇ ਗੱਡੇ 'ਤੇ ਜੁੜੇ ਹੋਏ ਜੀ, ਅਸੀਂ ਸੁਨਾਮ ਕੰਮ 'ਤੇ ਜਾ ਕੇ ਲਾ ਤਾ, ਸੁਨਾਮ ਯਾਰਡ ਦੇ ਵਿੱਚ ਸੀ, ਕੋਠੜੀ ਜੀ ਬਣੀ ਹੋਈ ਗਾਰਡ ਦੀ, ਹੈਂ ਉੱਥੇ ਜਾ ਕੇ ਲਾ ਤਾ, ਅਤੇ ਉੱਥੇ ਬਹਿ ਗਏ, ਦਿਨ ਛਿਪ ਗਿਆ, ਹਨੇਰਾ ਹੋ ਗਿਆ, ਅਤੇ ਸਿਪਾਹੀ ਆਖਣ ਲੱਗੇ ਵੀ ਤੁਸੀਂ ਹੁਣ ਆਪਦਾ ਖਾਣਾ ਵਾਲਾ ਪਕਾ ਲਓ, ਖਾ ਲਓ, ਅੱਗੇ ਅੱਗੇ ਪਕਾਏ ਹੋਏ, ਸਾਡਾ ਸਭ ਕੁਛ ਕੀਤਾ ਹੋਇਆ ਸੀਗਾ। ਹੈਂ, ਅਤੇ ਜੀ ਉੱਥੇ ਜਾ ਕੇ ਜੋ ਕੰਪ ਲਾ ਤਾ, ਪੈ ਗਏ, ਬਹਿ ਗਏ। ਹੈਂ, ਜੋ ਸਵੇਰ ਨੂੰ ਵੇਖਿਆ ਉੱਥੇ ਵੀ ਕਾਫਲਾ ਵੱਢਿਆ ਹੋਇਆ, ਉੱਥੇ ਵੀ ਆ ਗਏ? ਨਹੀਂ ਨਹੀਂ, ਉੱਥੇ ਪੁਰਾਣਾ ਕਾਫਲਾ ਕੋਈ 10-20 ਦਿਨ ਦਾ, ਨਾ ਗਾਫਲਾ, ਹਾਂ ਪਹਿਲਾਂ ਦਾ ਵੱਢਿਆ ਸੀ, ਯਾਰ ਸੀ ਉੱਥੇ ਲਾਈਆਂ ਹੋਈਆਂ, ਜਿਵੇਂ ਆਪਾਂ ਦਾਣਿਆਂ ਦੀਆਂ ਬੋਰੀਆਂ ਭਰ ਕੇ ਲਾ ਦਿੰਦੇ ਹਾਂ ਨਾ, ਜਿੱਦਾਂ ਧਾਂਕਾਂ ਲਾਈਆਂ ਹੋਈਆਂ, ਅਤੇ ਜਿਹੜੀਆਂ ਆਹ ਬੈਠ ਕੇ ਜਿਹੜੀਆਂ ਉੱਚੀਆਂ ਲਾਸ਼ਾਂ ਦੀਆਂ, ਹਾਂ ਜਿਹੜੀਆਂ ਉੱਚੀਆਂ ਲਾਸ਼ਾਂ ਦੀਆਂ, ਕਾਫਲਾ ਵੱਢਿਆ ਉੱਥੇ। ਜਦੋਂ ਉਹ ਕਾਫਲਾ ਵੱਢਿਆ ਵੇਖਿਆ ਨਾ, ਅਸੀਂ ਆਖ ਲਿਆ ਵੀ ਹੁਣ ਇੱਥੇ ਮਾਰਨਗੇ, ਹਾਂ ਸਾਡਾ ਵੀ ਕੰਮ ਕਰਨਗੇ ਇੱਥੇ, ਤਾਂ ਹੁਣ ਪਿੰਡ ਪੀੜ ਵੀ ਹੈ ਨਹੀਂ, ਲੁਕਣ ਨੂੰ ਵੀ ਥਾਂ ਹੈ ਨਹੀਂ ਇੱਥੇ, ਤਾਂ ਵੀ ਲੁਕ ਜਾਓ, ਉੱਚਾ ਕੋਈ ਝਾੜ ਬੂਠ ਹੋ ਜੂਗਾ, ਐਂ ਇੱਥੇ ਤਾਂ ਕੋਈ ਚਾਹ ਵੀ ਨਹੀਂ ਗਈ। ਲੈ ਜੀ ਜਦੋਂ ਉੱਥੋਂ ਫਿਰ ਕੋਈ 10-11 ਵਜੇ ਜਿਹੜੇ ਫੱਟੜ ਹੋਏ ਨਾ ਪਿਛਲੇ,
ਉਹ ਜੀ ਕੋਈ ਬੁੜੀ ਆਏ ਨੂੰ ਰੁੜੀ ਜਾਂਦੀ ਹੈ, ਕੋਈ ਆਏ ਨੂੰ ਭੱਜਿਆ ਜਾਂਦਾ ਵੀ ਸਾਨੂੰ ਮਾਰਨਗੇ ਪਹਿਲਾਂ ਹੈਂ। ਉਹ ਸਪਾਹੀ ਘੇਰ ਕੇ ਉਹ ਨਹੀਂ ਮਾਰਦੇ ਹੁਣ, ਤੁਹਾਨੂੰ ਕੋਈ ਨਹੀਂ ਮਾਰਦਾ, ਤੁਸੀਂ ਅੱਜ ਬਹਿ ਜਾਓ। ਉਹ ਲਿਆ ਕੇ ਮੋੜੇ ਜੀ, ਉਹ ਮੋੜ ਕੇ ਉਹਨਾਂ ਨੂੰ ਗੱਡੀ ਟਰੇਨ ਆ ਗਈ। ਟਰੇਨ ਦੇ ਵਿੱਚ ਜਿਹੜੇ ਫੱਟੜ ਬੰਦੇ ਸੀਗੇ ਉਹ ਇੱਕ ਡੱਬੇ 'ਚ ਵਾੜੇ, ਜਿਹੜੀਆਂ ਬੁੜੀਆਂ ਸੀਗੀਆਂ ਉਹ ਇੱਕ ਡੱਬੇ 'ਚ ਵਾੜੀਆਂ। ਵੀ ਇਹਦੇ ਇੱਕ ਦੂਜੇ 'ਚ ਤੰਦਰੁਸਤ ਆ ਨਾ ਜਿਹੜੇ, ਇਹਨਾਂ ਦੀ ਫੱਟੜਾਂ ਦੀ ਬਦਬੂ ਨਾ ਪਵੇ, ਇਹ ਨਾ ਮਰਨ ਮਰ ਜਾਣ ਵੀ ਹੈਂ। ਲੈ ਜੀ ਉਹ ਗੱਡੀ ਦੇ ਵਿੱਚ, ਫਿਰ ਦੇਖ ਲਾ ਸੁਬਹਾ ਤੋਂ ਲੱਗੀ ਅਤੇ ਛਾਂ ਦਿਨ ਛਿਪ ਗਿਆ ਵਿੱਚ ਗੱਡੀ ਭਰਦਿਆਂ ਨੂੰ। ਜਿਹੜਾ ਡੱਬਾ ਭਰਨ ਜਾਂਦਾ ਮਾਰ ਦੇਣ, ਜਿਹੜਾ ਡੱਬਾ ਭਰਨ ਜਾਂਦਾ ਮਾਰ ਦੇਣ, ਨਾ ਰਾਤ ਦਾ ਪਤਾ ਨਾ ਜਾਂਦਾ। ਗੱਡੀ ਤੁਰ ਪਈ, ਲਈ ਦੇ ਜੀ ਗੱਡੀ ਲਿਆ ਕੇ ਅੰਮ੍ਰਿਤਸਰ ਖੜ੍ਹੀ ਕਰਤੀ। ਇੱਧਰ ਵੀ ਸਿੱਖਾਂ ਦੀ ਖੜ੍ਹੀ ਆ, ਇੱਧਰ ਵੀ ਸਿੱਖਾਂ ਦੀ ਖੜ੍ਹੀ ਆ, ਐਨ ਵਿਚਾਰੇ ਲਿਆ ਕੇ ਗੱਡੀ ਖੜ੍ਹੀ ਕਰਤੀ, ਰੋਕਤੀ, ਇੰਜਣ ਲੈ ਕੇ ਤੋੜ ਕੇ ਇੰਜਣ ਲਾ ਲੈਂਦੇ ਸੀ। ਆਹੋ ਇੰਜਣ ਲੈ ਕੇ ਤੋੜ ਕੇ, ਅਤੇ ਸਿੱਖ ਆਏ ਖੜ੍ਹੇ ਪਲੇਟਫਾਰਮ ਦੇ ਉੱਤੇ, ਖੱਟੇ ਉਹਨਾਂ ਦੇ ਨੀਲੇ ਝੱਗੇ ਪਾਏ ਹੋਏ ਅਤੇ ਖੱਟੀਆਂ ਪੱਗਾਂ ਬੰਨੀਆਂ, ਬਰਸ਼ ਐਂ ਚਮਕਣ ਜਿਵੇਂ ਕਲੀ ਕੀਤੇ ਹੁੰਦੇ ਆ। ਅਸੀਂ ਆਖਿਆ ਵੀ ਇੱਥੇ ਮਾਰਨਗੇ ਹੁਣ, ਅਤੇ ਮਸਾਂ ਉਹ ਸਿੱਖ ਆਏ ਕਰਨ, ਅਤੇ ਹੁਣ ਮੁਸਲੇ ਨੀਵੀਆਂ ਪਾਈ ਬੈਠੇ ਆ, ਹੁਣ ਬੋਲਦੇ ਨਹੀਂ ਗੇ ਹੈਂ। ਅਤੇ ਅਸੀਂ ਕੀ ਬੋਲਣਾ ਸੀਗਾ, ਸਾਡੇ ਲਾਗੇ ਸਾਨ ਮਾਰੇ ਪਏ ਸੀ, ਸਾਡਾ ਕੰਮ ਕੀਤਾ ਪਿਆ ਸੀਗਾ ਹੈਂ। ਲੈ ਜੀ ਉਹ ਦੋ ਘੰਟਿਆਂ ਪਿੱਛੋਂ ਇੰਜਣ ਆਇਆ ਉੱਥੇ ਕਰਨਾ ਅੰਮ੍ਰਿਤਸਰ, ਜਦੋਂ ਸਿੱਖਾਂ ਦੇ ਵਿਚਾਲੇ ਖੜ੍ਹੀ ਗੱਡੀ। ਆਪਾਂ ਜੇ ਪਾਕਿਸਤਾਨ ਚਲੇ ਗਏ ਨਾ, ਜੇ ਵਧੀ ਹੋਈ ਦਾ ਆਪਾਂ ਕਿਸੇ ਨਾਲ ਲੜਨਾ ਨਹੀਂ ਗਾ, ਅਤੇ ਪੱਕੇ ਮੁਸਲਮਾਨ ਹੋ ਕੇ ਜਾਣਾ। ਹਾਂ ਹਾਂ ਆਪਾਂ ਲੜਨਾ ਨਹੀਂ ਕਿਸੇ ਨਾਲ, ਆਪਾਂ ਨਮਾਜ਼ ਪੜ੍ਹਿਆ ਕਰਨੀ ਆ, ਰੋਜ਼ੇ ਰੱਖਿਆ ਕਰਾਂਗੇ, ਐਸਾ ਕਰਿਆ ਕਰਾਂਗੇ। ਲੈ ਜੀ ਕਰਦਿਆਂ ਕਰੋ, ਜੋ ਦੋ ਘੰਟਿਆਂ ਪਿੱਛੇ ਜੋ ਇੰਜਣ ਆਇਆ, ਇੰਜਣ ਆ ਕੇ ਜੀ ਗੱਡੀ ਜਦੋਂ ਵੱਜਿਆ ਹੋਆ, ਗੱਡੀ ਹਿੱਲ ਪਈ, ਜਦੋਂ ਜੀ ਅੰਮ੍ਰਿਤਸਰ ਲੰਘ ਗਈ, ਫਿਰ ਮੁਸਲਮਾਨ ਨਾਰੇ ਮਾਰਨ ਫਿਰ ਹੈਂ। ਉਹ ਗੱਡੀ ਦੇ ਵਿੱਚ ਅਸੀਂ ਨਾ ਉਤਰਨਾ ਤਾਂ ਸੀ, ਅਸੀਂ ਸਾਹੀਵਾਲ ਆ ਮੈਡੀਕਲ ਬਰਿਜ ਨੂੰ ਆ ਸਾਹੀਵਾਲ ਉੱਥੇ ਉਤਰਨਾ ਸੀਗਾ। ਉਹ ਅਸੀਂ ਲਈ ਦੇਈਦੇ ਮਾਂ ਪੁੱਤ ਆਹ ਆਪਣੇ ਖਾਨੇ ਵਾਲ ਸੀ ਇੱਥੇ ਆ ਗਏ ਹੈਂ। ਇੱਥੇ ਫਿਰ ਅਸੀਂ ਰਹੇ ਸੱਤ ਦਿਨ ਹੈਂ। ਸੱਤ ਦਿਨ ਅਸੀਂ ਆਖਿਆ ਵੀ ਸਾਡਾ ਇੱਥੇ ਕੌਣ ਮਾਂ ਨਾ ਪਿਓ ਸਾਡਾ ਇੱਥੇ, ਅਤੇ ਅਸੀਂ ਜਾਂ ਸਾਡੀ ਮਾਂ ਖੜ ਗਈ ਪੁੱਤ ਆਪਾਂ ਟੇਸ਼ਨ 'ਤੇ ਚੱਲਿਆ ਖੜ ਗਈ, ਸਟੇਸ਼ਨ ਤੋਂ ਕੋਈ ਨਾ ਕੋਈ ਤਾਂ ਕੋਈ ਟੱਕਰ ਆਊਗਾ ਹੀ ਨਾ, ਕੋਈ ਨਾ ਟੱਕਰੂਗਾ ਆਪਾਂ ਨੂੰ ਬਿਲਕੁਲ ਹੈਂ। ਲੈ ਜੀ ਉਸ ਕੋਈ ਨਾ ਟੱਕਰਿਆ, ਤੀਜੇ ਦਿਨ ਗਏ ਤਾਂ ਸਾਡੇ ਨਾਨਕੇ ਦੇ ਇੱਕ ਮਿਆਰ ਟੱਕਰ ਗਏ। ਅੱਛਾ ਅੱਛਾ। ਲੈ ਜੀ ਸਾਡੀ ਮਾਂ ਨੇ ਆਖਿਆ ਗੱਲ ਲਾ ਕੇ, ਉਹ ਵੀ ਬੜਾ ਵੀ ਰੋਣ ਲੱਗ ਪਿਆ, ਅਸੀਂ ਵੀ ਉੱਥੇ ਬਹਿ ਕੋਲੇ ਬਹਿ ਗਏ, ਅਤੇ ਉਹ ਆਖਣ ਲੱਗਿਆ ਵੀ ਰਾਣੀ ਅਤੇ ਤੁਸੀਂ ਕਿੱਥੇ ਜਾਣਾ ਸੀ? ਉਹ ਆਖਣੀ ਵੀ ਚਾਚਾ ਅਸੀਂ ਉਤਰਨਾ ਸੀ ਸਾਹੀਵਾਲ, 97 ਚੱਕ ਸੀ ਕੋਲੇ ਹੈਂ, ਅਤੇ ਉੱਥੇ ਸਾਡੇ ਸੀ ਸਾਡੀ ਫੁੱਫੀ ਵਿਆਹੀ ਹੋਈ ਸਾਡੀ, ਅਤੇ ਅਸੀਂ ਉੱਥੇ ਉਤਰਨਾ, ਅਤੇ ਅਸੀਂ ਲਈ ਖਾਨੇਵਾਲ ਆ ਗਏ ਹੈਂ। ਲੈ ਜੀ ਅਤੇ ਉੱਥੋਂ ਉਹ ਆਖਣ ਲੱਗਾ ਵੀ ਚੰਗਾ ਹੁਣ ਗੱਡੀ ਆਊਗੀ, ਅੱਜ ਤਾਂ ਟਾਈਮ ਲੰਘ ਗਿਆ, ਗੱਡੀ ਦਾ ਸਵੇਰੇ ਤੁਹਾਨੂੰ ਪਾਊਗਾ ਗੱਡੀ। ਲੈ ਜੀ ਜੋ ਸਵੇਰ ਨੂੰ ਅਸੀਂ ਚਲੇ ਗਏ, ਜੋ ਗੱਡੀ ਦਾ ਟਾਈਮ ਹੋਇਆ ਚਲੇ ਗਏ, ਉਹਨਾਂ ਨੇ ਸਾਨੂੰ ਗੱਡੀ 'ਚ ਵਾ ਤਾ। ਗੱਡੀ ਜਦੋਂ ਵਾਇਆ ਤਾਂ ਜੀ ਉਹ ਹਨੇਰਾ ਹੋ ਗਿਆ, ਅਤੇ ਉਹ ਤਿੰਨ ਭਾਈ ਉਹ ਆਖਣ ਲੱਗੇ ਵੀ ਦੁਖੀ ਨੂੰ ਹੁਣ ਦੁਖੀਆਂ ਦੀ ਗੱਲ ਕਰਨੀ ਕਰਨੀ ਆ, ਉਹ ਵੀ ਉਹਨਾਂ ਨੇ ਵੀ ਗੱਲ ਛੇੜ, ਉਹਨਾਂ ਦਾ ਵੀ ਕੋਈ ਜੀ ਨਾ ਬਚਿਆ। ਸਭ ਆਪਣੇ ਕਿੰਨੇ ਕਤਲ ਹੋਏ? ਸਾਡੇ ਮੇਰਾ ਇੱਕ ਚਾਚਾ ਉੱਥੇ ਕਤਲ ਹੋਇਆ ਹੈਂ, ਇੱਕ ਸਾਡੀ ਤਾਈ ਕਤਲ ਹੋਈ ਉੱਥੇ ਹੈਂ, ਇੱਕ ਸਾਡੇ ਤਾਈ ਦਾ ਪੁੱਤ ਕਤਲ ਹੋਇਆ ਉੱਥੇ ਹੈਂ, ਅਤੇ ਇਹ ਕਤਲ ਹੋਏ ਉੱਥੇ। ਅਤੇ ਇੱਥੇ ਜਦੋਂ ਫਿਰ ਆਏ ਤਾਂ ਉਹਨਾਂ ਨੇ ਨਾ ਤੇਰੇ ਆ ਗਏ, ਅਤੇ ਮੈਂ ਤਾਂ ਉਦੋਂ ਛੱਤਾਂ ਉੱਤੇ ਹੀ ਨਹੀਂ ਸੀਗੀਆਂ, ਜਿਵੇਂ ਟਰਾਲੀਆਂ ਇੱਦਾਂ ਦੇ ਡੱਬੇ ਸੀਗੇ। ਅੱਛਾ ਅੱਛਾ। ਉਹਨਾਂ ਨੇ ਜੀ ਮੈਨੂੰ ਫੜ ਕੇ ਐਂ ਵਹਾ ਕੇ ਪੱਟਾਂ ਦੇ ਵਿੱਚ ਉੱਥੇ ਖੇਸ ਦੇ ਲਿਆ। ਹਨੇਰਾ ਹੋ ਗਿਆ, ਅੱਜ ਕੱਲ੍ਹ ਦਾ ਮਹੀਨਾ ਸੀਗਾ, ਅਤੇ ਬਾਜਾ ਵਾਜਾ ਤਾਂ ਕੁਰਬਾਨੀ ਇੱਧਰ ਆ ਗਈ ਕਿ ਈਦ ਆਈ ਦੇ ਇੱਥੇ ਆ ਕੇ ਪੜੀ, ਅਤੇ ਅਸੀਂ ਲੋਕ ਅਸੀਂ ਉੱਥੇ ਹੀ ਫਿਰਦੇ ਸੀਗੇ ਹੈਂ। ਲੈ ਜੀ ਉੱਥੇ ਜਦੋਂ ਆਏ ਤਾਂ ਕਹਿੰਦੇ ਭੈਣ ਅਸੀਂ ਤੁਹਾਨੂੰ ਟਿਕਾਣੇ ਲਾ ਕੇ ਜਾਵਾਂਗੇ ਸੁਬਹਾ। ਲੈ ਜੀ ਜਦੋਂ ਅਸੀਂ ਗੱਡੀ ਉਤਰੇ ਆਪਣੇ ਸਾਹੀਵਾਲ ਚਲੀ ਗਈ ਗੱਡੀ, ਜੋ ਉਹਨਾਂ ਨੇ ਉਤਰ ਕੇ ਉਹ ਵੀ ਐਂ ਖੜੋ ਗਏ ਅਤੇ ਅਸੀਂ ਵੀ ਖੜੋ ਗਏ, ਅਤੇ ਉਹ ਮੋਹਰੇ ਤੁਰ ਪਏ, ਅਸੀਂ ਮਗਰ ਤੁਰ ਪਏ। ਉਹ ਕੰਡਿਆਂ ਵਾਲੀ ਤਾਰ ਜਿਹੜੀ ਹੁੰਦੀ ਆ ਉਹਨੇ ਚੱਕ ਕੇ ਅਤੇ ਦੂਜੇ ਪਾਸੇ ਮੇਰੀ ਬਾਂਹ ਕਰਤੀ, ਅਤੇ ਦੂਜੇ ਪਾਸੇ ਕੁੜੀ ਦੀ ਬਾਂਹ ਫੜੀ, ਉਹ ਵੀ ਉਸ ਪਾਸੇ ਫੜੀ ਮੇਰੀ ਬਾਂਹ, ਉਹ ਵੀ ਉਸ ਪਾਸੇ ਕਰਤੀ, ਆਪ ਦੰਗੇ ਨਾ ਕੇ ਲੱਗ ਪਏ ਮੂਹਰੇ, ਜਾਂਦਿਆਂ ਦੁਕਾਨਾਂ ਲੱਗ ਗਈਆਂ। ਆਖਣ ਲੱਗੇ ਲੈ ਭੈਣ ਇੱਥੇ ਬਹਿ ਜਾ, ਪੈ ਜਾਓ, ਤੁਹਾਨੂੰ ਕੋਈ ਨਹੀਂ ਹਿਲਾ ਸਕਦਾ ਇੱਥੇ ਹੈਂ। ਜਦੋਂ ਸਵੇਰ ਨੂੰ ਦਿਨ ਚੜ੍ਹਿਆ
ਉਦੋਂ ਦੁਕਾਨਾਂ ਲੈਣ ਖੋਲਣੀਆਂ ਖੋਲਣੀਆਂ, ਉਤਰ ਕੇ ਤੁਸੀਂ ਥੱਲੇ ਪਲੇਟ ਪਾੜ ਦੇ ਸੜਕ 'ਚ ਹੋ ਜਾਇਓ, ਫਿਰ ਉਦੋਂ ਧੁੱਪ ਨਿਕਲ ਜਾਊਗੀ, ਫਿਰ ਤੁਹਾਨੂੰ 97 ਦੇ ਰਾਹ ਪਾਵਾਂਗੇ ਅਸੀਂ। ਹੈਂ ਲੈ ਜੀ ਅਸੀਂ ਅੱਗੇ ਚੰਗਾ ਅਸੀਂ ਬਹਿ ਗਏ ਅਤੇ ਮਾਂ ਸਾਡੀਆਂ ਵਿਚਾਲੇ ਬੈਠੀ ਅਤੇ ਦੋਵੇਂ ਭੈਣ ਭਰਾ ਪਾਸੇ ਬੈਠੇ ਹੈ ਅਤੇ ਆਖਣਾ ਅਸੀਂ ਆਖਣਾ ਮਾਂ ਪੈ ਜਾ, ਨਹੀਂ ਪੁੱਤ ਤੁਸੀਂ ਸੌਂ ਜਾਓ, ਸਾਨੂੰ ਨੀਂਦ ਕਿੱਥੋਂ ਆਵੇ। ਹਾਂ ਲੈ ਜੀ ਕਰਦਿਆਂ ਕਰਦੇ ਦਿਨ ਦਿਨ ਚੜ੍ਹ ਗਿਆ। ਹੈਂ ਦੁਕਾਨ ਦਾ ਅਗਲਾ ਖੋਲਣੀ ਸੀਗੀ, ਅਸੀਂ ਉੱਥੋਂ ਉੱਠੇ ਉੱਠ ਕੇ ਥੱਲੇ ਹੋ ਗਏ ਮਾਂ ਪੁੱਤ ਲੱਭ ਗਏ ਬਾਬੇ ਹੁਣੀ ਲੱਭ ਗਏ। ਨਾ ਨਾ ਇਹ ਤਾਂ ਮਗਰੋਂ ਇਹ ਤਾਂ 6 ਸਾਲ ਪਹਿਲਾਂ ਆ ਗਏ, ਫਿਰ 97 ਇਕੱਠੇ ਹੋਏ ਹਾਂ ਸਾਰੇ, 97 'ਚ ਆ ਗਏ। ਹਾਂ 97 ਇਕੱਠੇ ਸਾਰੇ ਹੋਏ ਹਾਂ ਅਸੀਂ। ਹੈਂ ਲੈ ਜੀ ਅਸਾਂ ਐਸੀਆਂ ਉਪੜੇ ਹਾਂ। ਉਹ ਜਿਹੜਾ ਸ਼ੇਰ ਸੁਣਾਇਆ ਸੀ ਅੱਛਾ ਯਾਰ, ਜਿਨ੍ਹਾਂ ਦੇ ਗੁੱਸੇ ਰਹਿੰਦੇ ਕੀ ਉਹਨਾਂ ਦਾ ਜੀਣਾ, ਚਿਖਾ ਬਰੋਬਰ ਚਿੰਤਾ ਰਹਿੰਦੀ ਭੁੱਲਿਆ ਖਾਣਾ ਪੀਣਾ, ਯਾਰ ਬਣਾਉਣਾ ਬੜਾ ਔਖਾ ਵਾ। ਐਵੇਂ ਯਾਰ ਯਾਰ ਹਾਂ ਹਾਂ ਯਾਰ ਯਾਰ ਲਾਈ ਆ।